हाँ जी, सत श्री अकाल जी, राम राम ते अस्सलाम वालेकुम जी। मेरा नाम जी हैरी ते तुसी देख रहे हो 5047 यूट्यूब चैनल। तो जिहड़ी अज दी वीडियो खास है जी जापान लई। जापान रिलेटड बहुत सारे लोगों के सवाल होंदे आ कि असीं जापान जाना चाहुंदे आ, जापान दे विच की आ की नहीं, की क्राइटेरिया की नहीं। सो वीडियो दे विच सारे तुहानूं पता लग ही जाणा, क्योंकि आपां अज गल करांगे अपने एक फ्रेंड दे नाल। ठीक आ, उहदा नाम मैं तुहानूं एक्सपोज़ नहीं कर सकदा, मेरा वह फ्रेंड आ, काफ़ी टाइम तो उत्थे रह रहा। आपां उहदे नाल गल करांगे, मैं उहदे नाल गल कीती आ, सारी मैं तुहानूं आपां अगां वीडियो 'च मिल जाणी आ। ठीक आ, सो वीडियो वधिया लगी उहनूं लाइक ते चैनल सबसक्राइब जरूर कर लिओ, होर अगे तक शेयर भी कर दिओ। ठीक आ जी, सो वीडियो वेख के एंड ते तुसीं कमेंट करके जरूर दसना कि वीडियो किद्दां दी लगी तुहानूं। ठीक आ जी, सो बड़ा टाइम नहीं तुहाडा वेस्ट करदे सी, आ जाओ जी सीधा चलदे आ आपां ओह बाई दे नाल। हाँ जी वीरे, सब तो पहला सत श्री अकाल मेरा भरा, किद्दां की हाल आ मेरा वीर? वाह वधिया वीरे, वधिया वधिया। ਤੇ ਵੀਰੇ ਆਪਾਂ ਹੁਣ ਇਹ ਜਾਪਾਨ ਹਨਾ ਮੇਰਾ ਭਰਾ? ਹਾਂਜੀ 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 ਵੀਰੇ, ਮੈਂ ਜਾਪਾਨ ਪਿਛਲੇ 4.5 ਸਾਲ ਤੋਂ ਮੈਂ ਸੀ। ਅੱਛਾ, ਤੇ ਕਿਹੜੀ ਸਿਟੀ 'ਚ ਰਹਿੰਦਾ ਮੇਰਾ ਭਰਾ ਵੀਰੇ? ਮੈਂ ਵੀਰੇ ਟੋਕੀਓ ਰਹਿੰਦਾ, ਇੱਥੇ ਸਾਈਟਾਮਾ ਕਹਿੰਦਾ। ਸਹੀ ਆ, ਟੋਕੀਓ ਹੀ ਮੇਨ ਸਿਟੀ ਆ ਜਿੱਥੇ ਆਪਣੇ ਪੰਜਾਬੀ ਰਹਿੰਦੇ ਜ਼ਿਆਦਾ? ਹਾਂ ਟੋਕੀਓ, ਕੁਛ ਸਾਕਾ ਵੀ ਰਹਿੰਦੇ ਆ, ਕੁਛ ਨਗੋਇਆ, ਇੱਧਰ ਨਗੋਇਆ ਵੀ ਰਹਿੰਦੇ ਆ। ਇੱਥੇ जापान जाना वा तो केड़े केड़े राह वा जापान जान दे, तुसी मेरा भरा उस बारे दस दिओ, ते तुसी किद्दां गए सी मेरा वीर ए भी दस दिओ, ते जिहदे नाल क्लैरिफाई हो जाए सारा कुछ मेरा भरा। ਠੀਕ ਹੈ ਜੀ, ਮੈਂ ਇੱਥੇ ਟੂਰਿਸਟ ਆਇਆ ਸੀਗਾ, ਤੇ ਟੂਰਿਸਟ ਦੇ ਵਿੱਚ ਇਸ ਤਰ੍ਹਾਂ ਹੈ ਕਿ ਆਪਾਂ ਨੂੰ ਐਂਟਰੀ ਮਿਲ ਜੇ ਇੱਥੇ, ਪਹਿਲੀ ਦੀ ਗੱਲ ਹੈ ਜਾਣੀ ਕਿ ਜਿਵੇਂ ਪਿੱਛੋਂ ਵੀਜ਼ਾ ਲੱਗ ਜਾਂਦਾ ਹੈ, ਜਿਵੇਂ ਅੰਬੈਸੀ ਵੀਜ਼ਾ ਲਾ ਦਿੰਦੀ ਹੈ ਜੇ ਕੋਈ ਏਜੰਟ ਨੇ ਲਵਾਤਾ ਵੀਜ਼ਾ ਆਪਣਾ। ਹਾਂ 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 ਹਾਂ, ਤੇ ਆਪਾਂ ਉੱਥੋਂ ਫਲਾਈਟ ਚੜ ਕੇ ਆ ਗਏ ਇੱਥੇ ਜਾਪਾਨ। ਥੋੜੀ ਬਹੁਤੀ ਨਾ ਇੰਟਰਵਿਊ ਲੈਂਦੇ ਆ, ਕੁਛ ਪੁੱਛਦੇ ਗਿੱਛਦੇ ਤੁਸੀਂ ਇੱਥੇ ਕੀ ਲੈਣ ਆਏ ਆ, ਘੁੰਮਣ ਫਿਰਨ ਆਏ ਆ, ਕੀ ਵੇਖਣ ਆਏ ਜੀ। ਠੀਕ ਹੈ ਜੀ, ਇਮੀਗ੍ਰੇਸ਼ਨ ਕਲੀਅਰ ਹੋ ਜਾਂਦੀ ਆ। ਇਮੀਗ੍ਰੇਸ਼ਨ ਚਾਂਸ ਜਾਨੀ ਕਿ ਹੁੰਦੇ ਹੀ ਆ, ਜਾਨੀ ਕਿ ਤੂੰ 50-50 ਲਾ ਲਾ। 50-50 ਹੈ? ਹਾਂ 50 ਨਹੀਂ 60 ਲਾ ਲਾ ਜੀ, ਬਹੁਤ ਘੱਟ ਚਾਂਸ ਹੁੰਦੇ ਆ, ਕਿਸੇ ਕਿਸੇ ਨੂੰ ਵਾਪਸ ਮੋੜਦੇ ਆ, ਨਹੀਂ ਤਾਂ ਨਹੀਂ ਵਾਪਸ ਨਹੀਂ ਮੋੜਦੇ। ਸਹੀ ਆ ਮੇਰਾ ਭਰਾ, ਸਹੀ ਆ। ਠੀਕ ਆ, ਤੇ ਉਸ ਤੋਂ ਬਾਅਦ ਜਿਵੇਂ ਰਿਫਿਊਜੀ ਪੈਂਦੀ, ਰਿਫਿਊਜੀ ਪਾਉਣੀ ਆ, ਤੇ ਰਿਫਿਊਜੀ ਪੈ ਜਾਂਦੀ ਆ, ਉਹ ਫਿਰ ਆਪਾਂ ਨੂੰ ਘੱਟੋ ਘੱਟ ਵੀ 15-20 ਦਿਨਾਂ ਦੇ ਵਿੱਚ ਆਪਾਂ ਨੂੰ ਸੱਦ ਲੈਂਦੇ ਫਿਰ, ਜਿਹੜਾ ਰਿਫਿਊਜੀ ਪੈ ਗਈ ਆਪਣੇ। ਠੀਕ ਆ, ਇਮੀਗ੍ਰੇਸ਼ਨ ਵਾਲੇ ਹਨਾ? ਹਾਂਜੀ, ਤੇ ਉਹ ਉਹਨਾਂ ਨੇ ਆਪਾਂ ਨੂੰ ਵੀਜ਼ਾ ਦੇ ਦੇਣਾ ਪਹਿਲਾਂ 2 ਮਹੀਨੇ ਦਾ। ਠੀਕ ਆ ਜੀ, ਉਸ ਤੋਂ ਬਾਅਦ ਫਿਰ ਆਪਾਂ ਜਾਣੀ ਕਿ 2 ਮਹੀਨੇ ਤੋਂ ਪਹਿਲਾਂ ਫਿਰ ਇੱਕ ਜਾਣਾ ਉੱਥੇ ਵੀਜ਼ਾ ਅਪਲਾਈ ਕਰਨ। ਠੀਕ ਆ ਜੀ, ਵੀਜ਼ਾ ਅਪਲਾਈ ਕੀਤਾ, ਉਹਨਾਂ ਆਪਾਂ ਨੂੰ ਫਿਰ 3 ਮਹੀਨੇ ਦਾ ਵੀਜ਼ਾ ਦੇ ਦੇਣਾ। ਠੀਕ ਆ ਵੀਰੇ, ਹਾਂ ਤੇ 3 ਮਹੀਨੇ ਦਾ ਵੀਜ਼ਾ ਦੇ ਤਾ, ਉਸ ਤੋਂ ਬਾਅਦ ਜਦੋਂ ਆਪਾਂ ਨੂੰ 2 ਮਹੀਨੇ ਉੱਤੇ ਫਿਰ ਟੱਪ ਕੇ ਫਿਰ ਆਪਾਂ ਵੀਜ਼ਾ ਪਹੁੰਚ ਜਾਣਾ। ਉਹਨਾਂ ਫਿਰ ਆਪਾਂ ਨੂੰ 3 ਮਹੀਨੇ ਦਾ ਵੀਜ਼ਾ ਦੇਣਾ। ਅੱਛਾ ਜੀ, ਜਾਣੀ ਕਿ ਟੋਟਲ 8 ਮਹੀਨੇ ਦਾ ਉਹਨਾਂ ਨੇ, 8 ਮਹੀਨੇ ਆਪਾਂ ਨੂੰ ਬਿਨਾਂ ਵਰਕ ਪਰਮਿਟ ਤੋਂ ਇੱਥੇ ਰੱਖਣਾ। ਹਾਂ ਠੀਕ ਆ, ਉਹਦੇ ਵਿੱਚ ਇਹ ਆ ਗਈ ਆਪਾਂ ਚੋਰੀ ਛਿਪੇ ਕੰਮ ਮਾੜਾ ਮੋਟਾ ਕਰਕੇ ਆਪਦਾ ਘਰ ਦਾ ਖਰਚਾ, ਜਿਵੇਂ ਕਿ ਖਾਣ ਪੀਣ ਦਾ ਖਰਚਾ ਚਲਾ ਸਕਦੇ ਹਾਂ। ਠੀਕ ਆ, ਠੀਕ ਆ ਵੀਰੇ, ਤੇ 8 ਮਹੀਨੇ ਬਾਅਦ ਆਪਾਂ ਵਰਕ ਪਰਮਿਟ ਅਪਲਾਈ ਕਰਨਾ। ਠੀਕ ਆ ਜੀ, ਫਿਰ 8 ਮਹੀਨੇ ਬਾਅਦ ਇਹਨਾਂ ਨੇ ਆਪਾਂ ਨੂੰ ਵਰਕ ਪਰਮਿਟ ਦੇ ਦੇਣਾ 6 ਮਹੀਨੇ ਦਾ। ਸਹੀ ਆ, ਸਹੀ ਆ, ਸਹੀ ਆ, ਸਹੀ ਆ, 6-6 ਮਹੀਨੇ ਦਾ ਵਰਕ ਪਰਮਿਟ ਦਿੰਦੇ ਆ, ਸਾਲ ਦਾ ਨਹੀਂ ਦਿੰਦੇ ਗੇ। ਹਾਂ ਠੀਕ ਆ, ਠੀਕ ਆ, 6-6 ਮਹੀਨੇ ਦਾ ਦਿੰਦੇ ਆ। ਹੈ ਸੈਲਰੀ ਮਿਲਦੀ ਆ, ਸੈਲਰੀ
ਜੇ ਬੰਦਾ ਕਮਾਉਣ ਵਾਲਾ ਘੱਟੋ ਘੱਟ 1.5 ਲੱਖ ਰੁਪਈਆ ਬੰਦਾ ਖਰਚਾ ਕੱਢ ਕੇ ਬਚਾ ਸਕਦਾ, 1.5 ਲੱਖ ਤੱਕ ਬਚਾ ਸਕਦਾ ਜੇ ਬੰਦਾ ਖਰਚਾ ਕੱਢ ਕੇ ਉਹ ਵੀ। ਹਾਂ ਹਾਂ ਖਰਚਾ ਕੱਢ ਕੇ ਤੇ ਜਿਹੜਾ ਬੰਦਾ ਬਿਲਕੁਲ ਸਹੀ ਕੰਮ ਕਰੇ। ਸਹੀ ਹੈ ਮੇਰਾ ਭਰਾ, ਮੈਂ ਇੱਕ ਚੀਜ਼ ਇਹ ਪੁੱਛੂੰਗਾ, ਜੇ ਮਤਲਬ ਵੀ ਫੋਰ ਐਗਜ਼ਾਮਪਲ ਆਪਾਂ ਰਿਫਿਊਜ਼ੀ ਲੈ ਲੈਂਦੇ ਹਾਂ, ਹੁਣ ਆਪਾਂ ਰਿਫਿਊਜ਼ੀ ਦੇ ਇੱਦਾਂ ਹੁੰਦਾ ਨਾ, ਰਿਫਿਊਜ਼ੀ ਦਾ ਲਾਅ ਇਹ ਹੁੰਦਾ ਕਿ ਆਪਾਂ ਇੰਡੀਆ ਵਾਪਸ ਨਹੀਂ ਜਾ ਸਕਦੇ, ਆਪਣੀ ਕੱਲ੍ਹ ਨੂੰ ਰਿਫਿਊਜ਼ੀ ਪਾਸ ਹੋ ਜਾਂਦੀ ਆ, ਆਪਾਂ ਨੂੰ ਇੱਥੇ ਪੇਪਰ ਮਿਲਦੇ ਰਹਿੰਦੇ ਚਲੋ ਹੈ ਨਾ ਕੰਟੀਨਿਊਸ, ਫਿਰ ਨੈਸ਼ਨਲ ਮਤਲਬ ਪੱਕੇ ਹੋਣ ਦਾ ਕੀ ਹਿਸਾਬ ਤਾ ਵਾ, ਵੀ ਉਹ ਪੱਕਾ ਹੋ ਕੇ ਬੰਦਾ ਇੰਡੀਆ ਜਾ ਸਕਦਾ ਨਹੀਂ ਜਾ ਸਕਦਾ, ਉਹ ਕੀ ਹਿਸਾਬ ਤਾ ਵਾ? ਉਹ ਵੀਰੇ ਇੱਥੇ ਇਸ ਤਰ੍ਹਾਂ ਹੈ, ਤੈਨੂੰ ਘੱਟੋ ਘੱਟ ਰਿਫਿਊਜੀ ਜਿੰਨਾ ਚਿਰ ਤੇਰੀ ਕੋਈ ਇੰਟਰਵਿਊ ਨਹੀਂ ਆਉਂਦੀ 5-6 ਸਾਲ ਤੇਰੇ ਕਢਾ ਦਿੰਦੇ ਰਿਫਿਊਜੀ ਦੇ, ਤੂੰ ਵਰਕ ਪਰਮਿਟ ਤੇ ਕੰਮ ਕਰਨਾ ਤਾ। ਠੀਕ ਆ, ਤੇ ਉਹ ਵਰਕ ਪਰਮਿਟ ਤੇ ਆਪਾਂ ਇੰਡੀਆ ਜਾ ਸਕਦੇ ਆ? ਨਹੀਂ 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 ਜਾ ਨਹੀਂ ਸਕਦੇ ਜੀ। ਠੀਕ, ਅੱਛਾ ਉਹਦੇ ਵਿੱਚ ਇਸ ਤਰ੍ਹਾਂ ਹੈ, ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਆਪਾਂ ਕਿਸੇ ਆਪਣੀ ਕਿਸੇ ਕੰਪਨੀ ਦੇ ਨਾਲ ਕੰਟੈਕਟ ਕਰਕੇ ਉਹਨੂੰ ਕਹੀਏ ਕਿ ਸਾਡੀ ਰਿਫਿਊਜੀ ਸਟੇਟਸ ਚੇਂਜ ਕਰਾਉਣਾ ਹੈ ਆਪਦਾ। ਅੱਛਾ, ਆਪਾਂ ਇਹਦੇ ਵਿੱਚ ਸਟੇਟਸ ਚੇਂਜ ਵੀ ਕਰਾ ਸਕਦੇ ਹਾਂ, ਜੇ ਕਿਸੇ ਕੰਪਨੀ ਦਾ ਵੀਜ਼ਾ ਵੀ ਪਾ ਸਕਦੇ ਹਾਂ, ਜਾਂ ਆਪਾਂ ਕੋਈ ਆਪਣਾ ਬਿਜ਼ਨਸ ਵੀਜ਼ਾ ਵੀ ਕਰ ਸਕਦੇ ਹਾਂ। ਠੀਕ ਆ ਵੀਰੇ, ਆਪਣਾ ਆਪਣਾ ਬਿਜ਼ਨਸ ਵੀ ਕਰ ਸਕਦੇ ਇੱਥੇ, ਜਾਣੀ ਕਿ ਇੰਡੀਆ ਦਾ 60 ਲੱਖ ਰੁਪਈਆ ਹੋਵੇ। ਠੀਕ ਆ ਮੇਰਾ ਭਰਾ, ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਉਸ ਤੋਂ ਹਾਂ ਆਪਣਾ ਫਿਰ ਆਪਣਾ ਸਟੇਟਸ ਚੇਂਜ ਹੋ ਗਿਆ, ਫਿਰ ਆਪਾਂ ਜਿੱਥੇ ਮਰਜ਼ੀ ਜਾ ਸਕਦੇ ਹਾਂ। ਠੀਕ ਆ ਮੇਰਾ ਭਰਾ, ਉਸ ਤੋਂ ਬਾਅਦ ਇੱਕ ਆਪਸ਼ਨ, ਉਸ ਤੋਂ ਬਾਅਦ ਆਪਸ਼ਨ ਇੱਕ ਵਿਆਹ ਦੀ ਹੈ ਵੀਰਿਆ। ਅੱਛਾ, ਵਿਆਹ ਵਾਲੀ ਆਪਸ਼ਨ ਵੀ ਹੈਗੀ ਕਿ ਵਿਆਹ ਦੇ ਨਾਲ ਵੀ ਬੰਦਾ ਹੋ ਸਕਦਾ? ਹਾਂ ਵਿਆਹ ਦੇ ਨਾਲ ਪੱਕਾ ਹੋ ਸਕਦਾ ਬੰਦਾ। ਠੀਕ ਆ, ਚਲੋ ਉਹ ਤਾਂ ਮੇਰੇ ਹਿਸਾਬ ਨਾਲ ਸਾਰੀਆਂ ਕੰਟਰੀਆਂ 'ਚ ਇੱਦਾਂ ਦੀ ਆਪਸ਼ਨ ਹੁੰਦੀ ਆ ਕਿ ਆਪਾਂ ਵਿਆਹ ਕਰਾ ਕੇ ਹੈ ਨਾ ਹੋ ਸਕਦੇ ਹਾਂ, ਅਤੇ ਹੋਰ ਕਿਹੜੇ ਰਾਹ ਮੇਰਾ ਭਰਾ ਆਉਣ ਦੇ, ਵੀ ਮਤਲਬ ਇੱਕ ਤਾਂ ਚਲੋ ਇਹ ਰਾਹ ਹੋ ਗਿਆ, ਹੋਰ ਕਿਹੜੇ ਰਾਹ ਆਉਣ ਦੇ ਮੇਰਾ ਭਰਾ? ਹੋਰ ਦੂਸਰਾ ਰਾਹ ਵੀਰੇ ਹੈਗਾ ਸਟੱਡੀ ਵੀਜ਼ਾ। ਸਟੱਡੀ ਵੀਜ਼ਾ, ਠੀਕ ਆ, ਸਟੱਡੀ ਵੀਜ਼ੇ ਦੇ ਕਿੰਨੇ ਕੁ ਚਾਂਸ ਹੁੰਦੇ ਆ? ਸਟੱਡੀ ਵੀਜ਼ੇ ਦੇ ਵੀਰੇ ਚਾਂਸ ਕੋਈ ਨਹੀਂ, ਜਿਵੇਂ ਆਪਾਂ ਸਟੱਡੀ ਵੀਜ਼ਾ ਪਾਉਣਾ ਆਪਾਂ ਕਿਸੇ ਏਜੰਟ ਨਾਲ ਗੱਲ ਕਰ ਲਈ ਨਾ, ਪਹਿਲਾਂ ਆਪਾਂ ਨੂੰ ਦਿੱਲੀ ਦੇ ਵਿੱਚ ਕਲਾਸਾਂ ਲਾਉਣੀਆਂ ਪੈਣੀਆਂ ਘੱਟੋ ਘੱਟ 2 ਮਹੀਨੇ ਇਹਨਾਂ ਦੀ ਜੈਪਨੀਜ਼ ਲੈਂਗੁਏਜ ਦੀਆਂ, ਹਨਾ? ਜੈਪਨੀਜ਼ ਲੈਂਗੁਏਜ ਦੀਆਂ ਕਲਾਸਾਂ ਲਾਉਣੀਆਂ ਪੈਣੀਆਂ ਜੈਪਨੀਜ਼ ਸਕੂਲ ਦੇ ਵਿੱਚ ਇੰਡੀਆ ਆਪਣੇ ਉੱਥੇ ਦਿੱਲੀ ਹੈਗਾ ਮੈਨੂੰ ਲੱਗਦਾ, ਤੇ ਜਿਹੜੀ ਸਟੱਡੀ ਹੋਊਗੀ ਉਹ ਵੀ ਜੈਪਨੀਜ਼ ਹੀ ਹੋਊਗੀ? ਜੈਪਨੀਜ਼ ਦੇ ਵਿੱਚ ਸਟੱਡੀ ਹੋ ਗਈ, ਬੇਸਿਕ ਹੀ ਸਿਖਾਉਂਦੇ ਆ, ਮਾੜੀ ਮੋਟੀ ਬੋਲਣੀ ਆਉਣੀ ਚਾਹੀਦੀ ਆ, ਬਸ ਨਾਂ ਨੂੰ ਵਗੈਰਾ ਮਾੜਾ ਮੋਟਾ ਬੋਲਣਾ, ਯਾਨੀ ਕਿ ਇਹ ਪੁੱਛ ਸਕਦੇ ਆ ਕਿ ਹਾਂ ਤੂੰ ਉਸ 'ਚ ਸਟੱਡੀ ਕਰਨ ਆਉਣੀ ਤੈਨੂੰ ਆਉਂਦਾ ਕੀ ਆ, ਯਾਨੀ ਕਿ 2 ਮਹੀਨੇ ਕਲਾਸਾਂ ਲਾਉਣੀਆਂ ਪੈਣੀਆਂ, ਅੱਛਾ 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 ਆਏ ਕੁਛ ਜਾਂ ਨਾ ਆਏ ਕੁਛ। ਠੀਕ ਆ, ਤੇ ਉਹ ਸਰਟੀਫਿਕੇਟ ਦਿੰਦੇ ਸਕੂਲ ਵਾਲੇ ਕਿ ਇਹਨਾਂ ਨੇ ਹਾਂ 60 ਦਿਨ ਕਲਾਸਾਂ ਲਾਈਆਂ ਸਾਡੇ ਕੋਲੇ। ਸਹੀ ਆ, ਤੇ ਇਹਦਾ ਖਰਚਾ ਕਿੰਨਾ ਕੁ ਆਉਂਦਾ ਵਾ ਸਟੂਡੈਂਟ ਵੀਜ਼ੇ ਦਾ, ਸਟੱਡੀ ਵੀਜ਼ੇ ਦਾ? ਸਟੱਡੀ ਵੀਜ਼ੇ ਦਾ ਵੀਰੇ 5-6 ਲੱਖ ਰੁਪਈਆ ਖਰਚਾ ਆਉਂਦਾ। ਤੇ ਟੂਰਿਸਟ ਵੀਜ਼ੇ ਦਾ ਕੀ ਖਰਚਾ ਆ ਜਾਂਦਾ? ਟੂਰਿਸਟ ਵੀਜ਼ੇ ਦਾ ਵੀਰੇ ਗੱਲ ਤੇ ਆ ਕਿ ਜੇ ਏਜੰਟਾਂ ਕੋਲ ਜਾਵੇ ਕੋਈ, ਤੇ ਕੋਈ ਏਜੰਟ ਕੋਈ 6 ਲੱਖ ਮੰਗਦਾ, ਕੋਈ 7 ਮੰਗਦਾ, ਕੋਈ 8 ਮੰਗਦਾ, ਕੋਈ 9 ਮੰਗਦਾ, ਮੈਂ 9 ਲੱਖ ਰੁਪਈਆ ਦੇ ਗਿਆ। ਅੱਛਾ, ਤੇ ਚਲੋ ਉਹ ਏਜੰਟ ਤੇ ਡਿਪੈਂਡ ਆ ਹਨਾ ਕਿੰਨੇ ਕੁ ਪੈਸੇ ਮੰਗਦਾ, ਉਵੇਂ ਐਵਰੇਜ ਲੋਕ ਇੰਨੇ ਕੁ 'ਚ ਹੀ ਆਉਂਦੇ ਆ, ਕੋਈ 6-7 'ਚ ਆਉਂਦੇ ਆ ਹਨਾ। ਹਾਂ, ਤੇ ਜੇ ਤੂੰ ਆਪਦੇ ਵੱਲੋਂ ਕੋਈ ਯਾਨੀ ਕਿ ਤੂੰ ਕੋਈ ਰਿਟਰਨਾਂ ਭਰਦਾ ਵਾ ਆਪਦੇ, ਤੇਰੇ ਕੋਈ ਬੈਂਕ ਖਾਤੇ 'ਚ ਪੈਸੇ ਰਹਿੰਦੇ ਆ ਥੋੜ੍ਹੀ ਬਹੁਤੀ, ਤੈਨੂੰ ਨੌਲੇਜ ਹੈਗੀ ਆ, ਤੂੰ ਖੁਦ ਵੀ ਆਪਣੀ ਲਾ ਸਕਦਾ ਫਾਈਲ, ਤੈਨੂੰ ਤਾਂ ਵੀ ਮਿਲ ਸਕਦਾ। ਸਹੀ ਆ ਸਹੀ ਆ ਸਹੀ ਆ ਸਹੀ ਆ, ਉਹ ਵੀ ਅੱਗੇ ਗਾਂ ਫਿਰ ਗੱਲ, ਇੰਡੀਆ ਤੋਂ ਚਾਂਸ ਹੈ ਨਾ 50-50 ਆ। ਤੇ ਹੋਰ ਕੋਈ ਰਾਹ ਜਿਹੜਾ, ਹੋਰ ਕੋਈ ਵੇ ਜਿਹਦੇ ਨਾਲ ਆਪਾਂ ਆ ਸਕਦੇ ਹਾਂ? ਹੋਰ ਤੀਸਰਾ ਵੇ ਇਹ ਆ ਕਿ ਯਾਨੀ ਕਿ ਇੱਥੇ ਕੋਈ ਆਪਾਂ ਨੂੰ ਬੰਦਾ ਜਾਣਦਾ ਹੋਵੇ, ਹਾਂ, ਤੇ ਉਹ ਆਪਾਂ ਨੂੰ ਕਿਸੇ ਕੰਪਨੀ ਦੀ ਆਫਰ ਲੈਟਰ ਭੇਜਦੀ ਇੱਥੋਂ ਕੰਪਨੀ ਦਾ, ਯਾਨੀ ਕਿ ਆਪਣੇ ਉੱਥੋਂ ਇੰਡੀਆ ਤੋਂ, ਉਹਦੇ ਵਾਸਤੇ ਆਪਾਂ ਨੂੰ ਇੰਡੀਆ ਦੀ ਸਟੱਡੀ ਚਾਹੀਦੀ ਆ, ਘੱਟੋ ਘੱਟ ਗ੍ਰੈਜੂਏਸ਼ਨ। ਅੱਛਾ, ਘੱਟੋ ਘੱਟ ਗ੍ਰੈਜੂਏਸ਼ਨ ਚਾਹੀਦੀ ਆ। ਹਾਂ, ਗ੍ਰੈਜੂਏਸ਼ਨ ਚਾਹੀਦੀ ਆ। ਹਾਂ ਵੀ ਉਹ ਫਿਰ ਜਿਹੜਾ ਬੰਦਾ ਆਪਣਾ ਵਰਕ ਵੀਜ਼ਾ ਅਪਲਾਈ ਕਰਕੇ ਦੇਊਗਾ, ਉਹ ਬੰਦਾ ਇੱਧਰੋਂ ਕੰਪਨੀ 'ਚੋਂ ਕਰਕੇ ਦੇਊਗਾ, ਵਰਕ ਵੀਜ਼ਾ ਕਢਾ ਕੇ ਦੇ ਸਕਦਾ, ਫਿਰ ਆਪਣੀ ਐਜੂਕੇਸ਼ਨ ਸਾਰਾ ਕੁਝ ਐਨਾਲਾਈਜ਼ ਹੋਊਗਾ, ਅਤੇ ਫਿਰ ਅੰਬੈਸੀ 'ਚ ਫਾਈਲ ਸਬਮਿਟ ਹੋਊਗੀ, ਇਹੀ ਹੈ ਨਾ? ਹਾਂ, ਫਿਰ ਹੋਊਗੀ ਇਸ ਤਰ੍ਹਾਂ ਕਿ ਬੰਦਾ ਚੰਗਾ ਪੜ੍ਹਿਆ ਲਿਖਿਆ ਚਾਹੀਦਾ, ਫਿਰ ਉਹਨੂੰ ਇਹ ਵੀਜ਼ਾ ਦਿੰਦੇ ਆ। ਸਹੀ ਆ ਮੇਰਾ ਭਰਾ, ਸਹੀ ਆ ਸਹੀ ਆ। ਹਾਂਜੀ, ਤੇ ਬਸ ਆਹੀ 3 ਰਾਏ। ਤੇ ਇਸ ਤੋਂ ਇਲਾਵਾ ਖਰਚਾ ਖੁਰਚਾ ਜਿੱਦਾਂ ਮਤਲਬ ਵੀ ਆਪਾਂ ਕਈ ਗੱਲ ਕਰੀਏ ਵੀ ਰੋਟੀ ਪਾਣੀ ਦਾ ਖਰਚਾ ਕਿੰਨਾ ਹੈਗਾ ਇੱਥੇ, ਤੇ ਕੀ ਬੰਦੇ ਦਾ ਚਲੋ ਬਚਤਾ ਤੁਸੀਂ ਦੱਸ ਦਿਓ? ਬੱਚਤ ਵੀਰੇ ਖਰਚਾ ਇੱਥੇ ਇੰਡੀਆ ਦੇ ਹਿਸਾਬ ਨਾਲ ਮੈਂ ਹੁਣ ਤੈਨੂੰ ਆਪਦਾ ਦੱਸਦਾ ਜੀ, ਮੇਰਾ ਘੱਟੋ ਘੱਟ 6-18-20 ਹਜ਼ਾਰ ਰੁਪਈਆ ਰੈਂਟ ਹੀ ਮੇਰਾ, 20,000 ਰੈਂਟ ਆ ਹਨਾ? ਮੈਂ ਇਕੱਲਾ ਰਹਿਣਾ। ਹਾਂ ਚਲੋ ਠੀਕ ਆ ਮੇਰਾ ਭਰਾ। ਅੱਛਾ, ਉਹ ਆਪਣੇ ਤੇ ਵੀ ਡਿਪੈਂਡ ਆ ਵੀ ਤੁਸੀਂ ਜੇ ਜ਼ਿਆਦਾ ਜਾਣੇ ਰਹਿੰਦੇ ਆ ਤੇ ਫਿਰ ਘੱਟ ਜਾਣਾ ਹਨਾ ਉਹ? ਫਿਰ ਘੱਟ ਜਾਣਾ ਹਨਾ। ਹਾਂ ਸਹੀ ਆ ਸਹੀ ਆ। ਫਿਰ ਰੋਟੀ ਪਾਣੀ ਦਾ ਘੱਟੋ ਘੱਟ 20,000 ਰੁਪਈਆ ਰੋਟੀ ਪਾਣੀ ਦਾ ਲਾ ਲਾ। ਠੀਕ ਆ ਠੀਕ ਆ ਠੀਕ ਆ। ਹਾਂ ਤੇ
ਤੇ ਬਿੱਲ ਬੁੱਲ ਖਰਚੇ ਪਾ ਕੇ 20,000 ਉਹ ਲਾ ਸੱਠ ਤੇ ਕੁਛ ਹੋਰ ਤੈਨੂੰ ਪਤਾ ਬੰਦਾ ਇੱਧਰ ਉੱਧਰ ਜਾਂਦਾ ਹੈ ਤਕਰੀਬਨ ਟੋਟਲ ਇੰਡੀਆ 70 ਬੰਦਾ ਜੇ ਆਪਣਾ ਬਿਲਕੁਲ ਘੁੱਟ ਕੇ ਚੱਲੇ 60-70,000 ਰੁਪਇਆ ਬੰਦਾ ਖਾਂਦਾ ਹੈ ਤੇ ਬਾਕੀ ਕਮਾਉਂਦਾ ਵੱਖਰੇ ਆ ਖਰਚਾ ਕੱਢ ਕੇ 1-1.5 ਲੱਖ ਰੁਪਇਆ ਆਰਾਮ ਨਾਲ ਕਮਾ ਲੈਂਦਾ ਇਹ ਸ਼ੁਰੂ ਸ਼ੁਰੂ ਜਾਣ ਕੇ ਕਮਾ ਸਕਦਾ ਵਾ ਕਿ ਬੰਦਾ ਪੁਰਾਣਾ ਹੋ ਜਾਂਦਾ ਜਦੋਂ ਉਦੋਂ ਕਮਾਉਂਦਾ ਜ਼ਿਆਦਾ ਵੀਰੇ ਆ ਤੂੰ ਸ਼ੁਰੂ ਹੁਣ ਮੈਂ ਆਣਾ ਮੈਂ ਤੈਨੂੰ ਆਪਦੀ ਗੱਲ ਮੈਂ ਤੈਨੂੰ ਨੋਰਮਲ ਬੰਦੇ ਦੀ ਤਨਖਾਹ ਦੱਸੀ ਹੈਗੀ ਬੰਦਾ 1.25 ਲੱਖ ਤੋਂ 1.5 ਲੱਖ ਰੁਪਇਆ ਬੰਦਾ ਬਚਾ ਸਕਦਾ ਇਹ ਜੇ ਬੰਦਾ ਇੱਥੇ ਰੋਜ਼ ਕੰਮ ਆਪਦੀ ਨੀਤ ਨਾ ਕਰੇ ਜਾਣੀ ਕਿ ਛੁੱਟੀਆਂ ਨਾ ਮਾਰੇ ਜਪਾਨ ਦਾ ਟੈਕਨੋਲੋਜੀ ਚ ਸਭ ਤੋਂ ਅੱਗੇ ਆ ਨਾ ਫਿਰ ਤਾਂ ਕਰਕੇ ਜਿਹੜੀਆਂ ਚੀਜ਼ਾਂ ਇਹ ਕੰਪਨੀਆਂ ਨੇ ਇੱਥੇ ਉੱਥੇ ਪਾਰਟ ਪਾਉਂਦੇ ਛੋਟੇ ਛੋਟੇ ਉੱਥੇ ਕੰਮ ਕਰਦੇ ਮੁੰਡੇ ਉਹ ਲਾਈਨ ਚ ਹੀ ਕਰਦੇ ਆ ਕੰਮ ਸਾਰੇ ਇੱਥੇ ਤੈਨੂੰ ਪਤਾ ਹੀ ਆ ਸਹੀ ਆ ਸਹੀ ਆ ਤੇ ਲੈਂਗੁਏਜ ਦਾ ਕੀ ਹਿਸਾਬ ਦਾ ਵਾ ਲੈਂਗੁਏਜ ਔਖੀ ਆ ਸੌਖੀ ਆ ਤੇ ਸਿੱਖਣੀ ਪੈਂਦੀ ਆ ਕਿ ਇੰਗਲਿਸ਼ ਤਾਂ ਵੀ ਸਰ ਜਾਂਦਾ ਬੰਦੇ ਦਾ ਨਹੀਂ ਇੰਗਲਿਸ਼ ਨਾ ਤੇ ਵੀਰਿਆ ਨਹੀਂ ਸਰਦਾ ਗਾ ਉਹ ਜਾਣੀ ਕਿ ਆਪਣੇ ਜਿਹੜੇ ਫੋਰਨਰ ਆ ਉਹਨਾਂ ਨੂੰ ਹੀ ਆਉਂਦੀ ਆ ਦੂਜੇ ਜਿਹੜੇ ਜਪਾਨੀ ਚਪੂਨੀ ਆ ਇੰਗਲਿਸ਼ ਨਹੀਂ ਬੋਲਦੇ ਇਹ ਇੰਗਲਿਸ਼ ਨਹੀਂ ਬੋਲਦੇ ਵੈਸੇ ਹਾਂ ਵੈਸੇ ਬਾਬੇ ਇੱਥੇ ਆਪਣੇ ਬੰਦੇ ਬਥੇਰੇ ਨੇ ਇੰਨੀ ਲੋੜ ਨਹੀਂ ਪੈਂਦੀ ਕਿ ਬੰਦੇ ਬਥੇਰੇ ਹੈਲਪ ਕਰਦੇ ਨੇ ਇੱਥੇ ਅੱਛਾ ਆਪਸ ਚ ਪੰਜਾਬੀ ਆਪਸ ਚ ਹੀ ਕੰਮ ਕਰੀ ਜਾਂਦੇ ਹਨ ਹਾਂ ਇੱਥੇ ਹੁਣ ਮੈਨੂੰ 4 ਸਾਲ ਹੋ ਗਏ ਆ ਮੈਂ ਵੀਰੇ ਮੈਨੂੰ ਮਾੜਾ ਮੋਟਾ ਬਸ ਮਾੜਾ ਮੋਟਾ ਜਾਨੀ ਕਿ 10% ਹੀ ਆਉਂਦੀ ਐਵੇਂ ਤੈਨੂੰ ਮੈਂ ਆਖਾਂ ਮੈਨੂੰ 90% ਨਹੀਂ ਆਉਂਦੀ ਹਾਂ ਸਹੀ ਆ ਵੈਸੇ ਤੂੰ ਸੋਹਣਾ ਵੀ ਨਹੀਂ ਲੱਗਣਾ ਬੋਲਦਾ ਇਹਦਾ ਹਨਾ ਚਲੋ ਵਧੀਆ ਗੱਲ ਆ ਮੇਰਾ ਭਰਾ ਹਨਾ ਬਾਹਲੇ ਫਿਰ ਪੈਸੇ ਮੰਗ ਹੀ ਲੈਂਦੇ ਲੋਕ ਤੇ ਮੈਂ ਤੈਨੂੰ ਇਹ ਪੁੱਛਣਾ ਸੀ ਮੇਰਾ ਭਰਾ ਵੀ ਜਿਹੜੇ ਪੈਸੇ ਆ ਉਹ ਮਹੀਨੇ ਦੀ ਮਹੀਨੇ ਮਿਲਦੇ ਆ ਕਿ ਹਫ਼ਤੇ ਦੇ ਹਫ਼ਤੇ ਮਿਲਦੇ ਆ ਮਹੀਨੇ ਬਾਅਦ ਤਨਖਾਹ ਮਿਲਦੀ ਆ ਠੀਕ ਆ ਤੇ ਅਕਾਊਂਟ 'ਚ ਆਉਂਦੀ ਆ ਕਿ ਕਿਵੇਂ ਨਹੀਂ ਨਹੀਂ ਅਕਾਊਂਟ 'ਚ ਹੀ ਆਉਂਦੀ ਆ ਸਹੀ ਆ ਸਹੀ ਮਤਲਬ ਕੰਮ ਆਪਾਂ 1 ਨੰਬਰ ਕਰਦੇ ਹੁੰਦੇ ਆ ਇੱਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਹਨਾ ਜੇ 1 ਨੰਬਰ ਦਾ ਕੰਮ ਆ ਜੇ ਤੂੰ 1 ਦਿਨ ਵੀ ਕਿਸੇ ਕੰਪਨੀ 'ਚ ਲਾ ਕੇ ਹਟ ਗਿਆ ਨਾ ਤੂੰ ਆਖਿਆ ਮੈਂ ਕੰਮ ਪਸੰਦ ਨਹੀਂ ਕਰ ਜਾਣੀ 1 ਘੰਟਾ ਵੀ ਲਾਤਾ ਤੂੰ ਹਾਂ ਉਹ ਕੰਪਨੀ ਫਿਰ ਵੀ ਪੈਸੇ ਦੇਊ ਮੈਨੂੰ ਹਾਂ ਉਹਨੇ ਤੈਨੂੰ ਘੰਟੇ ਦੇ ਪੈਸੇ ਦੇ ਦੇਣੇ ਆ ਇੱਥੇ 1 ਰੁਪਈਏ ਦੀ ਹੇਰਾ ਫੇਰੀ ਨਹੀਂ ਕੋਈ ਕਰਦਾ ਨਾ ਕੋਈ ਕਰ ਸਕਦਾ ਸਹੀ ਆ ਮੇਰਾ ਭਰਾ ਸਹੀ ਹੈ ਸਹੀ ਹੈ ਸਹੀ ਹੈ ਜਪਾਨ ਦਾ ਪਾਸਪੋਰਟ ਵੈਸੇ ਵੀ ਪਹਿਲੇ 1 ਨੰਬਰ 'ਤੇ ਆ ਦੁਨੀਆ ਦੇ ਵਿੱਚ ਅਤੇ ਉਹ ਤਾਂ ਚਲੋ ਹੁਣ 1 ਨੰਬਰ 'ਤੇ ਆ ਗਿਆ ਸਹੀ ਆ ਚਲੋ ਬਹੁਤ ਵਧੀਆ ਲੱਗਾ ਮੇਰਾ ਭਰਾ ਗੱਲ ਕਰਕੇ ਨਾ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਮੇਰਾ ਵੀਰ ਅਤੇ ਬਾਕੀ ਜੇ ਕਿਤੇ ਗਾਹ ਜਾ ਕੇ ਲੋੜ ਵੀ ਪੈਂਦੀ ਆ ਅਤੇ ਮੇਰਾ ਭਰਾ ਆਪਾਂ ਫਿਰ ਗੱਲ ਕਰਾਂਗੇ ਅਤੇ ਸੋ ਮਿਹਰਬਾਨੀ ਮੇਰਾ ਭਰਾ ਅਤੇ ਵਾਹਿਗੁਰੂ ਤਰੱਕੀਆਂ ਬਖਸ਼ੇ ਭਰਾ ਤੈਨੂੰ ਵਾਹਿਗੁਰੂ ਅੱਗੇ ਲੈ ਕੇ ਜਾਵੇ ਹੈ ਨਾ ਹੋਰ ਜ਼ਰੂਰ ਮੇਰਾ ਭਰਾ ਜ਼ਰੂਰ ਅਤੇ ਠੀਕ ਆ ਭਰਾ ਮਿਹਰਬਾਨੀ ਮੇਰਾ ਭਰਾ ਬਹੁਤ ਬਹੁਤ ਅਤੇ ਸਤਿ ਸ਼੍ਰੀ ਅਕਾਲ ਮੇਰਾ ਭਰਾ ਸੋ ਹਾਂਜੀ ਇਹ ਸੀ ਜਪਾਨ ਰਿਲੇਟਡ ਵੀਡੀਓ ਠੀਕ ਆ ਸੋ ਧੰਨਵਾਦ ਜਿਨ੍ਹਾਂ ਮੇਰੇ ਭਰਾਵਾਂ ਨੇ ਵੀਡੀਓ ਨੂੰ ਵੇਖਿਆ ਠੀਕ ਆ ਜੀ ਆਪਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਜਿਹੜੇ ਮੇਰੇ ਭਰਾ ਚੈਨਲ 'ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਉਣ ਵਾਲੇ ਟਾਈਮ 'ਚ ਆਪਾਂ ਬਹੁਤ ਸਾਰੀਆਂ ਇੱਦਾਂ ਦੀਆਂ ਵੀਡੀਓਜ਼ ਪਾਉਂਦੇ ਰਹਿਣਾ ਵਾ ਜਿਹਦੇ ਨਾਲ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਰਹੇ ਠੀਕ ਆ ਜੀ ਸੋ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਅਤੇ ਅੱਲਾ ਹਾਫਿਜ਼ ਜੀ